ਸਾਡੇ ਢੰਡੋਵਾਲ ਦੇ ਵਿੱਚ ਅੱਜ ਜੋ ਕਿ ਐਮਪੀ ਦੀ ਇਲੈਕਸ਼ਨ ਦਾ ਬਿਗਲ ਵੱਜ ਚੁੱਕਾ ਆ, ਉਹਦੇ ਸੰਬੰਧ ਵਿੱਚ ਸਾਡੇ ਇੱਥੋਂ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਇੱਥੇ ਆਏ ਸੀ ਅਤੇ ਉੱਥੇ ਸਾਡੇ ਕੁਛ ਢੰਡੋਵਾਲ ਦੇ ਥੋੜ੍ਹੇ ਜਿਹੇ ਵਿਅਕਤੀ ਸੀਗੇ, ਜਿਹੜੇ 10 ਤੋਂ 15 ਜਾਣੇ ਹੋਣਗੇ ਸਿਰਫ ਬੀਬੀਆਂ ਦੇ ਬੰਦੇ ਪਾ ਕੇ। ਕੁਛ ਉਹਦੇ ਵਿੱਚ ਉਹਨਾਂ ਨੇ ਪਰਨੇ ਪਾਏ ਆ, ਕਿੰਨਿਆਂ ਦੇ ਪਾਏ ਮੈਂ ਨਹੀਂ ਕਹਿ ਸਕਦਾ। ਉਹਦੇ ਵਿੱਚ ਉਹ ਉਹਨਾਂ ਨੇ ਲਿਖਿਆ ਕਿ ਸੈਂਕੜੇ ਢੰਡੋਵਾਲ ਦੇ ਕਾਂਗਰਸ ਛੱਡ ਕੇ ਝਾੜੂ 'ਚ ਸ਼ਾਮਿਲ ਹੋ ਗਏ, ਜਿਹੜਾ ਬਿਲਕੁਲ ਝੂਠ ਆ। ਸਾਡਾ ਕਾਂਗਰਸ ਦਾ ਉਹਦੇ ਵਿੱਚ ਇੱਕ ਵੀ ਬੰਦਾ ਨਹੀਂ ਜਿਹਨੇ ਉਹ ਝਾੜੂ ਜੁਆਇਨ ਕੀਤਾ। ਉਹ ਜਿਹੜੇ ਹੋਣਗੇ 2-4 ਉਹ ਅਕਾਲੀ ਦਲ ਦੇ ਸੀ, ਕਾਂਗਰਸ ਦਾ ਨਾ ਕੋਈ ਉੱਥੇ ਗਿਆ, ਨਾ ਕਿਸੇ ਨੇ ਪਰਨਾ ਪਵਾਇਆ, ਨਾ ਕਿਸੇ ਨੇ ਝਾੜੂ ਜੁਆਇਨ ਕੀਤਾ। ਸੋ ਮੈਂ ਉਹਦੀਆਂ ਅਫਵਾਹਾਂ ਜਿਹੜੀਆਂ ਫੈਲਾ ਰਹੇ ਆ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜਿਹੀਆਂ ਜਿਹੜੀਆਂ ਝੂਠੀਆਂ ਅਫਵਾਹਾਂ ਫੈਲਾ ਰਹੇ ਆ ਇਹ ਨਾ ਫੈਲਾਓ, ਔਰ ਜੇ ਕਿਸੇ ਨੇ ਖਬਰ ਪਾਉਣੀ ਆ ਉਹ ਪਹਿਲਾਂ ਮੌਕੇ 'ਤੇ ਜਾ ਕੇ ਦੇਖੇ, ਫਿਰ ਉਹਨੂੰ ਪਾਵੇ। ਇਹ ਨਹੀਂ ਕਿ ਕਿਸੇ ਨੇ ਸੁਣੀਆਂ ਸੁਣਾਈਆਂ ਜਿਹੜੀਆਂ ਉਹ ਅਫਵਾਹਾਂ ਉਡਾਉਣੀਆਂ, ਇਹ ਬਹੁਤ ਮਾੜੀ ਗੱਲ ਆ। ਮੈਂ ਸਾਰਿਆਂ ਨੂੰ ਪੁਰਜ ਅਪੀਲ ਕਰਦਾ ਹਾਂ ਕਿ ਅੱਗੇ ਤੋਂ ਇਹੋ ਜਿਹੀਆਂ ਕੋਈ ਘਟਨਾ ਨਾ ਵਾਪਰਨ। ਸੋ ਬਾਕੀ ਇਹ ਜਿਹੜੀ ਝਾੜੂ ਵਾਲੀ ਪਾਰਟੀ ਆ, ਇਹਨਾਂ ਤੋਂ ਝੂਠ ਤੋਂ ਬਗੈਰ ਤਾਂ ਹੈ ਹੀ ਇਹਨਾਂ ਦੇ ਕੋਲ ਕੁਛ ਨਹੀਂ। ਜਿਹੜਾ ਇਹਨਾਂ ਨੇ ਕੋਈ ਅੱਜ ਤੱਕ ਹਲਕੇ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਕੀਤੀ ਰਤਨ ਸਿੰਘ ਨੇ, ਨਾ ਕੋਈ ਕਦੇ ਮੈਂ ਉਹਦੇ ਕੋਲੋਂ ਡਿਵੈਲਪਮੈਂਟ ਦੀ ਗੱਲ ਸੁਣੀ ਆ। ਜੋ ਝੂਠ ਆ ਉਹ ਬੋਲਦਾ। ਉਹ ਢੰਡੋਵਾਲ ਦੇ ਵਿੱਚ 4 ਟੀਚਰ ਅਸੀਂ ਰੱਖ ਕੇ ਦਿੱਤੇ ਆ, ਇੱਥੇ ਸਾਡੇ ਢੰਡੋਵਾਲ ਹੀ ਟੀਚਰ ਨਹੀਂ ਪੂਰੇ, ਹੋਰ ਕਿੱਥੇ ਹੋਣਗੇ, ਜਿੱਥੇ ਕਿ ਜਿਹਦੇ ਵਿੱਚ ਸਾਡੇ 200 ਤੋਂ ਉੱਪਰ ਬੱਚਾ ਇਸ ਵੇਲੇ ਪ੍ਰਾਇਮਰੀ ਸਕੂਲ ਦੇ ਵਿੱਚ ਆ। ਇੰਨਾ ਮੇਰਾ ਖਿਆਲ ਆ ਕਿਸੇ ਪਿੰਡ ਦੇ ਵਿੱਚ ਇੰਨੇ ਬੱਚੇ ਨਹੀਂ ਹੋਣਗੇ, ਸਾਡੇ ਵੀ ਟੀਚਰ ਘੱਟ ਆ। ਫਿਰ ਆ ਜਿਹੜੇ ਆ ਖੋਲ੍ਹੇ ਹਸਪਤਾਲ ਜੋ ਕੀ ਉਹਨੂੰ ਇਹਨਾਂ ਨੇ ਨਾਂ ਰੱਖਿਆ ਆ, ਹੈ ਆ ਮਹੱਲਾ, ਉਹ ਤਾਂ ਪਹਿਲਾਂ ਤੋਂ ਜਿਹੜੇ ਸਾਡੀ ਕਾਂਗਰਸ ਸਰਕਾਰ ਨੇ ਜਾਂ ਪਿੱਛੋਂ ਤੋਂ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਬੜੇ ਵਧੀਆ ਹੋਸਪਿਟਲ, ਹਰ ਡਿਸਪੈਂਸਰੀਆਂ ਪਿੰਡਾਂ ਦੇ ਵਿੱਚ ਬਹੁਤ ਵਧੀਆ ਬਣਾਈਆਂ, ਜਿਹੜੀਆਂ ਬੜੇ ਵਧੀਆ ਡਾਕਟਰ ਸੀ ਉਹਦੇ ਵਿੱਚ ਵਧੀਆ ਤਰੀਕੇ ਨਾਲ ਚੱਲ ਰਹੇ ਸੀ। ਉਹਦੇ 'ਚ ਇਹਨਾਂ ਨੇ ਆ ਮਹੱਲਾ ਕਲੀਨਿਕ ਬਣਾ ਕੇ ਤਾਂ ਉਹ ਨਰਸਾਂ ਜੀਆਂ ਰੱਖਤੀਆਂ, ਉਹ ਡਾਕਟਰ ਵੀ ਭੱਜ ਚਲੇ ਗਏ ਆ। ਅੱਜ ਲੋਕਾਂ ਨੂੰ ਜੇ ਕੋਈ ਪ੍ਰੋਬਲਮ ਹੋਵੇ ਤਾਂ ਸ਼ਾਇਦ ਮੇਨ ਡਾਕਟਰਾਂ ਕੋਲ ਜਾਣਾ ਪੈਂਦਾ, ਇੱਥੇ ਕੋਈ ਜਿਹੜੇ ਮਹੱਲਾ ਕਲੀਨਿਕ ਉਹਨਾਂ ਦੇ ਵਿੱਚ ਕੁਛ ਨਹੀਂ। ਇਹੋ ਜਿਹੀਆਂ ਅਫਵਾਹਾਂ ਤੋਂ ਬਗੈਰ ਇਹਨਾਂ ਦੇ ਕੋਲ ਕੁਛ ਨਹੀਂ। ਭਗਵੰਤ ਮਾਨ ਕਹਿੰਦਾ ਸੀ ਅਸੀਂ ਜੀ ਅੱਜ ਜਿੱਦਣ ਸਾਡੀ ਸਰਕਾਰ ਬਣ ਗਈ 1000 ਰੁਪਈਆ ਅਸੀਂ ਹਰ ਲੇਡੀਜ਼ ਨੂੰ ਦੇਵਾਂਗੇ, ਕਿਸੇ ਨੂੰ 1 ਰੁਪਈਆ ਵੀ ਨਹੀਂ ਦਿੱਤਾ, 1000 ਤੱਕ ਕੀ ਦੇਣਾ ਸੀ। ਫਿਰ ਕਹਿੰਦੇ ਜੀ ਅਸੀਂ ਜਿਹੜਾ VIP ਕਲਚਰ ਆ ਇਹ ਨਹੀਂ ਚੱਜਦਾ। ਉਹਦੇ 'ਚ ਸਭ ਤੋਂ ਵੱਧ ਮੇਰੇ ਹਿਸਾਬ ਨਾਲ ਭਗਵੰਤ ਮਾਨ ਦੇ ਘਰਵਾਲੀ ਕੋਲ ਉਹਨੇ ਗਨਮੈਨ ਦਿੱਤੇ ਆ, ਆਪਦੇ ਕੋਲ ਕਿੰਨੇ ਆ, ਹਰ ਬੰਦੇ ਦੇ ਕੋਲ ਉਹਨਾਂ ਨੇ ਲਾਲ ਬੱਤੀਆਂ ਲਾਈਆਂ ਆ, ਜਿਹੜਾ ਉਹ ਯੋਗ ਵੀ ਨਹੀਂ ਉਹ ਵੀ ਲਾਲ ਬੱਤੀਆਂ ਲਾ ਕੇ ਫਿਰਦਾ ਹੈ। ਇਸ ਕਰਕੇ ਜਿੰਨੇ ਵੀ ਝੂਠ ਤਫਾਨ ਆ, ਮੈਂ ਬੇਨਤੀ ਕਰਦਾ ਕਿ ਇਹ ਜਿਹੜੇ ਝੂਠਾਂ ਵਾਲੀ ਜਿਹੜੇ ਹੈਗੇ ਪਲੰਦੇ ਬੰਨੀ ਫਿਰਦੇ, ਇਹਨਾਂ ਤੋਂ ਬਚੋ, ਔਰ ਅੱਗੇ ਇਹਨਾਂ ਗਲਤੀ ਕਰ ਲਈ ਆ